टारगेट किनू किया गुरु नानक साहब ने जिन्हों कुल दुनिया पीर पैगंबर सारे अपना गुरु मनते हैं। जिहड़े निहंग सिंह ने पिछे गुट वड्डे सीगे उन्हां दी वाइफ उन्हां दे बच्चे तक चक ले गए, इस कट्टर नूं क्यों नहीं चक्या गया? लुधियाने का ही है हुण उह बंदा जिहड़ा उदन भज्जिया उहनूं 14-15 गनमैन मिले आ, 500 लीटर उहनूं तेल मिलदा पेट्रोल। ਜਿਹੜੇ ਇੱਥੇ ਕਈ ਲੰਡੂ ਆਪਣੀ ਪੱਗ ਨਾਲ ਦਸਤਾਰ ਨਾਲ ਜਿਹਨੂੰ ਅਸੀਂ ਆਪਣੇ ਸਿਰ ਦਾ ਤਾਜ ਕਹਿੰਦੇ ਹਾਂ ਉਹਦੇ ਨਾਲ ਬੁੱਤ ਸਾਫ ਕਰਦੇ ਆ, ਉਹਨੂੰ ਕੋਈ ਆਪਣੀ ਪੈਂਟ ਲਾ ਕੇ ਕਰ ਲਓ ਉਹਦੇ ਨਾਲ ਸਾਫ। ਲੋਕ ਅਸੀਂ ਪਹਿਲਾਂ ਉਹਨਾਂ ਤੋਂ ਮਾਫ਼ੀ ਮੰਗਦੇ ਹਾਂ ਜਿਹੜੇ ਭੀੜ 'ਚ ਫਸੇ ਹੋਏ ਨੇ, ਬਈ ਉਹਨਾਂ ਦਾ ਕੋਈ ਕਸੂਰ ਨਹੀਂ। ਅੱਲਾ ਵਰਡ ਮੈਂ ਯੂਜ਼ ਕਰੂੰਗਾ ਇੱਥੇ, ਵੀ ਉਸ ਦੱਲੇ ਨੇ ਜੋ ਗੁਰੂ ਸਾਹਿਬ ਬਾਰੇ ਬੋਲਿਆ ਜੀ, ਕੀ ਕਹਿਣਾ ਚਾਹੋਗੇ ਤੁਸੀਂ? ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ, ਕੋਈ ਕਹਿਣਾ ਨਹੀਂ ਚਾਹੀਦਾ ਕਿਸੇ ਈਸਟ ਨੂੰ, ਚਾਹੇ ਸਿੱਖ ਧਰਮ ਨੂੰ ਅਸੀਂ ਬਿਲੋਂਗ ਕਰਦੇ ਹਾਂ, ਹਿੰਦੂ ਧਰਮ ਨੂੰ ਬਿਲੋਂਗ ਕਰਦੇ, 9 ਮਾਸ ਦਾ ਰਿਸ਼ਤਾ ਹੈ, ਸਿੱਖ ਮੁਸਲਿਮ ਸਾਰੇ ਇੱਕ ਹੋ ਕੇ ਚੱਲਦੇ ਨੇ, ਪਰ ਸੋਝੀ ਹੋਣ ਦੇ ਨਾਤੇ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ, ਕੀ ਕਹੋਗੇ ਤੁਸੀਂ? ਪਹਿਲੀ ਗੱਲ ਤਾਂ ਮੈਂ ਕਹੂੰਗਾ ਵੀ ਸਾਰੇ ਧਰਮ ਜਿਹੜੇ ਸਾਡੇ ਬਰਾਬਰ ਨੇ, ਜਿੰਨੇ ਵੀ ਧਰਮ ਨੇ ਸਾਰੇ, ਭਾਵੇਂ ਉਹ ਸਿੱਖ ਧਰਮ ਆ, ਭਾਵੇਂ ਹਿੰਦੂ ਧਰਮ ਆ, ਭਾਵੇਂ ਕ੍ਰਿਸਚਨ ਆ, ਭਾਵੇਂ ਈਸਾਈ ਆ, ਸਾਰੇ ਅਸੀਂ ਇੱਕ ਮਾਨਵਤਾ ਦਾ ਸੁਨੇਹਾ ਵੀ ਅਸੀਂ ਸਾਰੇ ਇਕੱਠੇ ਹਾਂ। ਔਰ ਸਾਡੇ ਤਾਂ ਰੋਜ਼ ਪਤਾ ਨਹੀਂ ਹਰ ਗੁਰਦੁਆਰਾ ਸਾਹਿਬ, ਭਾਵੇਂ ਉਹ ਕੋਈ ਮੁਹੱਲੇ 'ਚ ਆ, ਭਾਵੇਂ ਦਰਬਾਰ ਸਾਹਿਬ ਆ, ਉੱਥੇ ਨਿੱਤ ਅਰਦਾਸ ਚੱਲਦੀ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਹੜੀ ਕੌਮ ਸਰਬੱਤ ਦਾ ਭਲਾ ਮੰਗਦੀ ਆ ਉਹਨਾਂ ਦੇ ਗੁਰੂ ਸਾਹਿਬਾਨਾਂ ਨੂੰ ਟਾਰਗੇਟ ਕੀਤਾ ਜਾਂਦਾ, ਔਰ ਟਾਰਗੇਟ ਕਿਹਨੂੰ ਕੀਤਾ? ਗੁਰੂ ਨਾਨਕ ਸਾਹਿਬ ਨੂੰ, ਜਿਹਨੂੰ ਕੁੱਲ ਦੁਨੀਆ ਪੀਰ ਪੈਗੰਬਰ ਸਾਰੇ ਆਪਣਾ ਗੁਰੂ ਮੰਨਦੇ ਆ। ਔਰ ਲੋਕਾਂ ਦੇ ਘਰਾਂ ਦੇ ਵਿੱਚ ਇਹ ਨਹੀਂ ਵੀ ਸਿੱਖ, ਜਿਹੜੇ ਸਿੱਖ ਲੋਕ ਨੇ ਉਹਨਾਂ ਦੇ ਘਰਾਂ 'ਚ, ਬੜੇ ਧਰਮਾਂ ਦੇ ਲੋਕ ਨੇ ਜਿਨ੍ਹਾਂ ਦੇ ਘਰਾਂ 'ਚ ਗੁਰੂ ਨਾਨਕ ਸਾਹਿਬ ਦੀਆਂ ਫੋਟੋਆਂ, ਉਹਨਾਂ ਨੂੰ ਪੂਜਿਆ ਜਾਂਦਾ। ਸੋ ਮੈਂ ਹੁਣ, ਤੁਸੀਂ ਮੇਰੀ ਭੈਣ ਆ, ਮੈਂ ਇਹਦੇ ਸਾਹਮਣੇ ਉਹ ਵਰਡਸ ਯੂਜ਼ ਨਹੀਂ ਕਰ ਸਕਦਾ, ਨਾ ਮੈਂ ਉਹਨੂੰ ਗਾਲਾਂ ਕੱਢ ਸਕਦਾ, ਵੀ ਅੰਦਰ ਬਹੁਤ ਸੜਿਆ ਹੋਇਆ, ਵੀ ਇਸ ਬੰਦੇ ਵਰਡ ਮੈਂ ਯੂਜ਼ ਕਰੂੰਗਾ ਇੱਥੇ, ਵੀ ਉਸ ਨੇ ਜੋ ਗੁਰੂ ਸਾਹਿਬ ਬਾਰੇ ਬੋਲਿਆ ਉਹਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੋ ਤੂੰ ਵਰਡਸ ਵਰਤੇ ਉਹ ਜੇ ਤੇਰੇ ਘਰ ਦੇ ਪਰਿਵਾਰਕ ਮੈਂਬਰ, ਤੇਰੇ ਮਾਂ ਪਿਓ ਤੇਰੇ ਲਈ ਵਰਤਦੇ, ਸ਼ਾਇਦ ਅੱਜ ਆ ਜਿਹੜੀ ਦੁਨੀਆ ਹਰਾਸ ਹੋ ਰਹੀ ਆ ਲੁਧਿਆਣੇ ਦੇ ਵਿੱਚ, ਸ਼ਾਇਦ ਉਹ ਨਾ ਹੁੰਦੀ। ਸ਼ਾਇਦ ਜਿਹੜੇ ਲੋਕ ਅੱਜ ਕੱਲ੍ਹ ਕਾਰੋਬਾਰ ਦਾ ਹਾਲ ਜ਼ੀਰੋ ਆ, ਵੀ ਬਿਲਕੁਲ ਕਾਰੋਬਾਰ ਲੋਕਾਂ ਦੇ ਖਤਮ ਨੇ, ਪਰ ਇੱਥੇ ਐਡੀ ਵੱਡੀ ਸੰਖਿਆ ਦੇ ਵਿੱਚ ਇਸ ਬੰਦੇ ਵਿੱਚੇ ਅੱਜ ਲੋਕ ਆਪਣਾ ਕੰਮ ਕਾਰ ਛੱਡ ਕੇ, ਔਰ ਲੋਕ ਅਸੀਂ ਪਹਿਲਾਂ ਉਹਨਾਂ ਤੋਂ ਮਾਫ਼ੀ ਮੰਗਦੇ ਹਾਂ ਜਿਹੜੇ ਭੀੜ 'ਚ ਫਸੇ ਹੋਏ ਨੇ, ਬਈ ਉਹਨਾਂ ਦਾ ਕੋਈ ਕਸੂਰ ਨਹੀਂ, ਪਰ ਜਿਹੜਾ ਪ੍ਰਸ਼ਾਸਨ ਸੀ, ਨਿਕੰਮਾ ਪ੍ਰਸ਼ਾਸਨ ਸੀ, 295A ਦਾ ਪਰਚਾ ਦਰਜ ਹੋ ਗਿਆ। ਜੇ ਇਹ ਸਾਡੇ ਸਿੱਖ ਧਰਮ ਦੇ ਕਿਸੇ ਬੰਦੇ 'ਤੇ ਇਹ 295A ਲੱਗੀ ਹੁੰਦੀ, ਉਹਨੂੰ ਉਹਦੇ ਚੱਡੇ ਖੋਲ੍ਹ ਦੇਣੇ ਸੀ ਪੰਜਾਬ ਪੁਲਿਸ ਨੇ, ਇਹਨਾਂ ਤੋਂ ਇਹ ਫੜਿਆ ਨਹੀਂ ਗਿਆ। ਸੋ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਸ ਬੰਦੇ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ, ਔਰ ਸ਼ਹਿਰ ਦਾ ਮਾਹੌਲ ਜਿਹੜਾ ਹੈ ਉਹ ਸਹੀ ਹੋਵੇ। ਔਰ ਇੱਕ ਮੈਂ ਹੋਰ ਗੱਲ ਕਹਿਣੀ ਚਾਹੁੰਦਾ ਵੀ ਇਸ ਲੁਧਿਆਣੇ ਦੇ ਸ਼ਹਿਰ 'ਤੇ ਇੱਥੇ ਕਈ ਨੇ ਇਹਦੇ ਵਰਗੇ ਲੰਡੂ, ਜਿਹੜੇ ਇੱਥੇ ਕਈ ਲੰਡੂ ਆਪਣੀ ਪੱਗ ਨਾਲ ਦਸਤਾਰ ਨਾਲ ਜਿਹਨੂੰ ਅਸੀਂ ਆਪਣੇ ਸਿਰ ਦਾ ਤਾਜ ਕਹਿੰਦੇ ਹਾਂ ਉਹਦੇ ਨਾਲ ਬੁੱਤ ਸਾਫ ਕਰਦੇ ਆ, ਉਹਨੂੰ ਕੋਈ ਆਪਣੀ ਪੈਂਟ ਲਾ ਕੇ ਕਰ ਲਓ ਉਹਦੇ ਨਾਲ ਸਾਫ, ਤੂੰ ਪੱਗ ਨਾਲ ਦਸਤਾਰ ਨਾਲ ਕਿਉਂ ਕਰਦਾ? ਵੀ ਜਿਹੜੇ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਉਹਨਾਂ ਨੂੰ ਕਚਹਿਰੀਆਂ ਲੁਧਿਆਣੇ ਦੇ ਵਿੱਚ ਘੇਰਿਆ ਗਿਆ, ਉਸ ਤੋਂ ਬਾਅਦ ਵੀ ਉਹ ਭੱਜਦੇ ਹੋਏ ਨਜ਼ਰ ਆਏ, ਅਤੇ ਫਿਰ ਉਸ ਤੋਂ ਬਾਅਦ ਇੰਟਰਵਿਊ ਦਿੱਤੀ ਗਈ ਕਿ ਖਾਲਿਸਤਾਨੀ ਇੱਦਾਂ ਕਰਦੇ, ਮੇਰੇ ਨਾਲ ਖਾਲਿਸਤਾਨੀ ਖੁੰਦਕ ਕੱਢਦੇ ਨੇ। ਦੇਖੋ, ਇਹਨਾਂ ਕੋਲ ਦੋ ਹੀ ਸ਼ਬਦ ਨੇ, ਪੱਖਵਾਦੀ ਖਾਲਿਸਤਾਨੀ। ਵੱਖਵਾਦੀ ਕਿਉਂ ਬਣਦੇ ਨੇ? ਪੱਖਵਾਦੀ ਵੱਖਵਾਦੀ, ਤੁਸੀਂ ਹਰਕਤਾਂ ਨਾ ਕਰੋ। ਇਹਨਾਂ ਜਿਹੜੇ ਗੰਦੇ ਆਂਡੇ ਨੇ, ਗੰਦੇ ਬੰਦੇ ਨੇ, ਇਹਨਾਂ ਨੂੰ ਸਿਰਫ ਆਪਣੀ ਸਿਕਿਉਰਿਟੀ ਤੱਕ ਮਤਲਬ ਆ। ਹੁਣ ਉਹ ਬੰਦਾ ਜਿਹੜਾ ਉਦਣ ਭੱਜਿਆ ਉਹਨੂੰ 14-15 ਗਨਮੈਨ ਮਿਲੇ ਆ, 500 ਲੀਟਰ ਉਹਨੂੰ ਤੇਲ ਮਿਲਦਾ ਪੈਟਰੋਲ। ਕੀ ਆ ਉਹ, ਕਿਹੜੀ ਉਹਦੀ ਸਿੱਖ ਕੌਮ ਨੂੰ, ਜਿਹੜੀ ਉਹ ਪੱਗ ਕਹਿੰਦਾ ਮੈਂ ਸਿੱਖ ਹਾਂ, ਜਾਂ ਪੰਜਾਬ ਨੂੰ ਜਾਂ ਸਿੱਖ ਕੌਮ ਨੂੰ ਕਿਹੜੀ ਦੇਣ ਆ ਉਸ ਬੰਦੇ ਦੀ? ਨਾ ਉਹ MLA ਆ, ਨਾ ਉਹ MP ਆ, ਉਹਨੂੰ ਉਹਦਾ ਮੁਹੱਲੇ ਦੇ ਗੁਆਂਢੀ ਨੇ ਵੋਟ ਨਹੀਂ ਪਾਣੀ। ਰਾਜੀਵ ਗਾਂਧੀ, ਉਹਨਾਂ ਦਾ ਕਹਿਣਾ ਕਿ ਮੈਂ ਰਾਜੀਵ ਗਾਂਧੀ ਨੂੰ ਆਪਣਾ ਇਸ਼ਟ ਮੰਨਦਾ, ਪਿਓ ਮੰਨਦਾ। ਪਿਓ ਰਾਜੀਵ ਗਾਂਧੀ ਹੋ ਸਕਦਾ, ਪੱਗ 'ਤੇ ਉਹਨੇ ਸਿਰ 'ਤੇ ਬੰਨੀ ਆ, ਉਹਦਾ ਪਿਓ ਰਾਜੀਵ ਗਾਂਧੀ ਹੋ ਸਕਦਾ। ਅਸੀਂ ਕਹਿੰਦੇ ਤੂੰ ਉਹਦਾ ਬੁੱਤ ਸਾਫ਼ ਕਰ, ਤੂੰ ਉਹਨੂੰ ਆਪਣਾ ਪਿਓ ਮੰਨ, ਕਮ ਸੇ ਕਮ ਦਸਤਾਰ ਦੀ ਬੇਅਦਬੀ ਤਾਂ ਨਾ ਕਰ। ਇਹ ਦਸਤਾਰ ਬੜੀਆਂ ਸ਼ਹੀਦੀਆਂ ਦੇ ਕੇ ਸਾਨੂੰ ਮਿਲੀ ਆ, ਬਈ ਇਹੋ ਜਿਹੇ ਬੰਦਿਆਂ ਕਰਕੇ ਸਿੱਖ ਕੌਮ ਦਾ ਜਿਹੜਾ ਨਾਂ ਆ ਉਹ ਖਰਾਬ ਹੋ ਰਿਹਾ। ਔਰ ਮੈਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਵੀ ਕਹੂੰਗਾ, ਬਈ ਆ ਜਿਹੜੇ ਭਗੌੜੇ ਜਿਹੜੇ ਉੱਦਣ ਕਚਹਿਰੀ 'ਚ ਭੱਜੇ ਨੇ, ਇਹਨਾਂ ਨੂੰ ਸਿੱਖ ਧਰਮ 'ਚੋਂ ਬਾਹਰ ਕੱਢਿਆ ਜਾਵੇ। ਕੀ ਲੱਗਦਾ ਤੁਹਾਨੂੰ 295 ਦੀ ਧਾਰਾ ਲੱਗ ਗਈ, ਉਸ ਤੋਂ ਬਾਅਦ ਵੀ ਗ੍ਰਿਫਤਾਰੀ ਨਹੀਂ ਹੋਈ? ਕਿਉਂਕਿ ਬਹੁਤ ਤਕੜੀ ਧਾਰਾ ਹੁੰਦੀ ਹੈ 295E, ਪਰ ਉਸ ਤੋਂ ਬਾਅਦ ਵੀ ਗ੍ਰਿਫਤਾਰੀ ਹਜੇ ਤੱਕ ਨਹੀਂ ਹੋ ਰਹੀ। ਮੈਂ ਤੁਹਾਨੂੰ ਦੱਸ ਰਿਹਾ ਵੀ ਇਹੀ ਤੁਸੀਂ ਦੇਖੋ,
जेडे निहंग सिंह ने पिछे गुट वड्डे सीगे उन्हां दी वाइफ उन्हां दे बच्चे तक चक ले गए। इस कर नूं क्यों नहीं चक्या गया? लुधियाने दा ही है, क्यों नहीं चकदे इहनूं? इह सिर्फ प्रशासन का फेलीअर आ और उत्तों इन्हां नूं जिहड़ियां एजेंसियां ने उन्हां दी शह आ। इस करके इहो जिहे बंदे जिहड़े आ अज इन्हां ने की एक नूं देख के दूजा करदा, अज जे इह हुण ना रुकिया कल नूं तीजा कोई इहदे वर्गा फिर आऊगा, उन्हें भी सिक्योरिटी मिलेगी। और मैं तुहाडे चैनल के माध्यम नूं दसना चाहुंदा बई हुण इहनूं प्रशासन जे गिरफ़्तार नहीं करेगा दो तीन दे अंदर अंदर इहनूं सिक्योरिटी मिलेगी। और तुसीं भी इत्थे हो, असीं भी इत्थे आ, इस नूं भी सिक्योरिटी मिलेगी। ਗੱਲਬਾਤ ਕਰਨ ਦੇ ਲਈ ਸਾਨੂੰ ਲੋਕਾਂ ਦੇ ਮਨਾਂ ਦੇ ਵਿੱਚ ਕੀ ਬਿਰਤੀਆਂ ਨੇ ਤੁਹਾਨੂੰ ਸੁਣੀਆਂ। ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਅਜਿਹੇ ਅੰਸਰ ਨੇ ਸਿੱਖ ਧਰਮ ਨੂੰ ਢਾ ਲਾਉਣ ਦੀ ਕੋਸ਼ਿਸ਼ ਕਰਦੇ ਨੇ। 9 ਮਾਸ ਦਾ ਰਿਸ਼ਤਾ ਜਿਹੜਾ ਸਿੰਘ ਹਿੰਦੂ ਅਤੇ ਮੁਸਲਿਮ ਭਾਈਚਾਰੇ ਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਖਰਾਬ ਕਰਨ ਦੀ ਜਿਹੜੀਆਂ ਸਾਜ਼ਿਸ਼ਾਂ ਰਚੀ ਜਾ ਰਹੇ ਨੇ ਉਹਨਾਂ ਉੱਤੇ ਠੱਲ ਪਾਉਣ ਦੇ ਲਈ ਉਹਨਾਂ ਕਹਿਣਾ ਕਿ ਵੱਧ ਤੋਂ ਵੱਧ ਗ੍ਰਿਫਤਾਰੀ ਜਿਹੜੀ ਜਲਦੀ ਹੋਵੇ, ਉਸੇ ਵੇਲੇ ਹੋਵੇ ਤਾਂ ਜੋ ਅਗਲੀ ਵਾਰੀ ਕੋਈ ਵੀ ਸ਼ਖਸ ਜਾਣ ਬੁੱਝ ਕੇ ਅਜਿਹਾ ਨਾ ਕਰੇ। ਅੱਜ ਦੇ ਲਈ ਬਸ ਇੰਨੀ, ਮੈਨੂੰ ਯਾਨੀ ਕਿ ਐਨਵੀ ਮਾਜਰੇ ਤੋਂ ਇਜਾਜ਼ਤ, ਕੈਮਰਾ ਪਰਸਨ ਸਿਮਰਨ ਦੇ ਨਾਲ ਬ੍ਰੇਕਿੰਗ ਨਿਊਜ਼ ਪੰਜਾਬ ਲੁਧਿਆਣਾ। खुदा दे घर देर है पर हनेर नहीं, कि तुसी परेशान हो? आज ही संपर्क करो गुरु बशीर खान, कॉल करो 98154160154, पता लुधियाना। हर परेशानी दा हाल पाओ 100% गारंटी दे नाल। परेशानी जिवें व्याह विच रुकावट, खोया प्यार वापस पाउणा, पति पत्नी विच झगड़ा, सौतन दुश्मन तो छुटकारा, विदेश यात्रा, इमीग्रेशन मसले, औलाद सुख, बुरे सुपने, बीमारी विच दवा दा ना लगना, लाटरी नंबर पाओ भावे 649 होवे या मेगा मिलियन। हर जगह तो निराश ते धोखा खा चुके दुखी भैन भरा एक बार जरूर संपर्क करो। मैं ਤੁਹਾਨੂੰ ਖੂਨ ਦੇ ਹੰਝੂ ਨਹੀਂ ਰੋਣ ਦਿਆਂਗਾ। ਇਟਸ ਮਾਈ ਪ੍ਰੋਮਿਸ। ਗੁਰੂ ਬਸ਼ੀਰ ਖਾਨ 98154160154।